किसान भरावो सत श्री अकाल, मैं प्रगट सिंह फसलों की जानकारी तो वख वख तरह फसलां तुहाडे सामने पेश करदा रहना रखदा रहना। जिहड़े किसान फसलों की खेती करदे जिहड़ियां कुछ वक्खरियां हुंदियां, पैसे भी कमाउणे आ, आपां सारियां फसलां कैश क्रॉप के तौर पर ही लैंदे आ कि मंडी विच वेच के चंगे पैसे कमाए जाण। पर एक फसल तुसीं मेरी बैक साइड देख सकदे हो जिहड़ी कि सर्दियां दे स्टार्टिंग सीजन दे विच लगदी है ते अप्रैल दे महीने दे विच खेत खाली कर दिंदी है। फसल दा मैं ना तुहानू वीडियो दे एंड विच दसांगा क्योंकि थोड़ा जिहा सस्पेंस बना रहेगा। तो अपने नाल एक किसान मौजूद आ जिन्हां ने यह खेती कीती हुई है, ये अपने खेत दे विच फसल लाई हुई है कि यह इकनोमिक्स रखती है। अपनी सर्दियां दी फसल मोस्टली ज़्यादातर किसानां दी कणक हुंदी है जां को जिन्हां कोल पानी दी कमी है वह सरों लाउंदे आ जां कुछ सब्जियां वाले किसान आ, पर किहड़े किसान इहनूं ला सकदे आ, किस तरह वेची जांदी है, किस तरह स्टोर कीती जांदी है, की फायदा, किन्ना क पैसा इहदे विच आपां नूं खर्च करना पैंदा, फसल दे पालन पोषण ते किन्नी क ज़्यादा आपां नूं मेहनत करनी पैंदी, सारियां गल्लां ते आपां चानणा पावांगे। सति श्री अकाल वीर जी। सति श्री अकाल वीर धर्मजीत जी, अपने नाल मौजूद आ जिन्हां दे खेत दे विच इह फसल लगी हुई है। वीर जी, इह फसल दी बिजाई कदों हुंदी है जी? इहदी बिजाई आपां झोने तों कट्टण तों बाद मटरां दे नाल बिजाई करदे आ जी। खाली खेत जो आप खेत तैयार कर लिया जी पूरा, ठीक है जी, उस 2 किलो के करीब बीज का छट्टा दे दीदा, ठीक है जी। 2 किलो बीज का जो छट्टा देता उस तो बाद मटर दी आप खेला बनाती हैं। हाँ जी, मटर की तड़ाई तो बाद जो आप वेलां पट लें तो यह थले ऑटोमैटिकली उगड़ी उगी होंगी जी, पहला थले थोड़ी थोड़ी 3-3, 4-4 इंच हो जाती है। मतलब कि जो आप मटर बिजाई करना उदू पहले बीज सकते हैं, जिमें जिमें नदीन उगन गए उमें यह मटर के उगरिया होगा। हाँ जी, हाँ जी, उगरेगी, ठीक है जी। ਇਹਦੀ ਕਟਾਈ ਦਾ ਤਾਂ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅਪ੍ਰੈਲ ਦੇ ਲਾਸਟ 'ਤੇ ਜਾ ਕੇ ਹੁੰਦੀ ਹੈ ਜੀ, ਕਣਕਾਂ ਦਾ ਥੋੜ੍ਹੇ ਦਿਨ ਬਾਅਦ ਵੀ ਹੋ ਜਾਂਦੀ, ਕਿਸੇ ਵੇਲੇ ਜ਼ਿਆਦਾ ਅਗੇਤੀ ਆਈ ਤਾਂ ਕਣਕਾਂ ਤੋਂ ਪਹਿਲਾਂ ਵੀ ਹੋ ਸਕਦੀ ਆ, ਜ਼ਿਆਦਾਤਰ ਇਹ ਕਣਕਾਂ ਤੋਂ ਬਾਅਦ 'ਚ ਦੀ ਕਟਾਈ ਹੁੰਦੀ ਹੈ ਜੀ। ਅਤੇ ਇਹਦੇ ਕਟਾਈ ਵੇਲੇ ਸਾਨੂੰ ਇਹਦਾ ਧਿਆਨ ਰੱਖਣਾ ਪੈਂਦਾ ਜੀ, ਇਸਨੂੰ ਅਸੀਂ ਤਰੇਲ ਦੇ ਟਾਈਮ 'ਤੇ ਕੱਟਣਾ, ਮਤਲਬ ਅਰਲੀ ਮਾਰਨਿੰਗ ਸਵੇਰੇ 10 ਵਜੇ ਤੋਂ ਪਹਿਲਾਂ ਕੱਟਦੇ, ਠੀਕ ਹੈ ਜੀ, ਅਤੇ ਟ੍ਰੈਡੀਸ਼ਨਲ ਤਰੀਕੇ ਦੇ ਨਾਲ ਹੱਥ ਦੇ ਨਾਲ ਕਟਾਈ ਹੋਣੀ ਹੈ ਜੀ, ਠੀਕ ਹੈ ਜੀ। ਆ ਹਾਈਟ ਇਸ ਪਲਾਂਟ ਨੇ 4 ਮਹੀਨਿਆਂ ਦੇ ਵਿੱਚ ਕੀਤੀ ਹੈ। ਹਾਂਜੀ ਹਾਂਜੀ, ਕਿਸਾਨ ਭਰਾਵੋ ਹੁਣ ਮਾਰਚ ਦਾ ਮਹੀਨਾ ਚੱਲ ਰਿਹਾ ਤੇ ਪਰ ਜਿਹੜੀ ਇਹ ਫਸਲ ਲਾਈ ਹੋਈ ਹੈ ਇਸ ਤੋਂ ਪਹਿਲਾਂ ਇਸ ਦੇ ਵਿੱਚ ਮਟਰਾਂ ਵਾਲੀ ਜਿਹੜੀ ਫਸਲ ਹੈ ਉਹ ਲਈ ਜਾ ਚੁੱਕੀ ਹੈ। ਮਟਰਾਂ ਦੀ ਹਾਈਟ ਹੈ ਜਿਹੜੀ ਆਮ ਤੌਰ ਤੇ 1 ਫੁੱਟ ਤੋਂ 1.5 ਪੌਣੇ 2 ਮੈਕਸੀਮਮ 2 ਫੁੱਟ ਇਸ ਤੋਂ ਉੱਪਰ ਨਹੀਂ ਹੁੰਦੀ ਮਟਰਾਂ ਦੀ ਫਸਲ। ਪਰ ਜਿਵੇਂ ਜਿਵੇਂ ਮਟਰਾਂ ਦੀ ਫਸਲ ਚੱਲ ਰਹੀ ਹੁੰਦੀ ਆ ਕੋਈ ਲੇਬਰ ਦੇ ਨਾਲ ਜਿਵੇਂ ਆਪਾਂ ਫਸਲ ਦੇ ਵਿੱਚ ਚੱਲਦੇ ਫਿਰਦੇ ਤੁੜਾਈ ਕਰਦੇ ਆ, ਇਹਦਾ ਨੁਕਸਾਨ ਹੁੰਦਾ ਫਸਲ? ਨਾ ਜੀ ਨਾ, ਇਹ ਤੇ ਜੇ ਮੰਨ ਲਓ ਪੈਰਾਂ ਦੇ ਨਾਲ ਪ੍ਰੈਸ ਵੀ ਹੋ ਗਈ ਤਾਂ ਇਹਦੀ ਥੱਲੇ ਉਹਨਾਂ ਫਟਾਵ ਜ਼ਿਆਦਾ ਹੋ ਜਾਂਦਾ, ਫਟਾਵ ਜ਼ਿਆਦਾ, ਇਹਦਾ ਐਡਾ ਕੋਈ ਖਾਸ ਚੱਕਰ ਨਹੀਂ ਹੈਗਾ। ਇਹਨੂੰ ਮਟਰਾਂ ਤੋਂ ਬਾਅਦ 1 ਜਾਂ 2 ਗੋਡੀਆਂ ਦੇਣੀਆਂ ਪੈ ਸਕਦੀਆਂ, ਠੀਕ ਹੈ ਜੀ, ਤਾਂ 1 ਅੱਧੀ ਬੋਰੀ ਇਹਨੂੰ ਯੂਰੀਆ ਪਾ ਦਿਓ, ਬਾਕੀ ਹੋਰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੁੰਦੀ, ਇਹਨੇ ਹਾਈਟ ਹੋਰ ਕਰ ਦੇਣੀ ਹੈ ਜੀ ਹਲੇ, ਠੀਕ ਹੈ ਜੀ। ਕਿਉਂਕਿ ਮਟਰ ਵੀ ਫਲੀਦਾਰ ਪੌਦਾ ਉਹਦੀਆਂ ਜੜਾਂ ਦੇ ਵਿੱਚ ਵੀ ਨਾਈਟ੍ਰੋਜਨ ਦੀਆਂ ਨੋਡਸ ਹੈਗੀਆਂ, ਉਹਦੇ ਕਰਕੇ ਵੀ ਇਹਨੂੰ ਹਰਾਪਣ ਦੇ ਲਈ ਇਹਦੀ ਵਿਕਾਸ ਦੇ ਲਈ ਨਾਈਟ੍ਰੋਜਨ ਮਿਲਦੀ ਰਹਿੰਦੀ ਹੈ। ਬਿਲਕੁਲ ਬਿਲਕੁਲ, ਇਹਨੂੰ ਅਸੀਂ ਇਕੱਲੀ ਇਹਨੂੰ ਨਹੀਂ ਬੀਜਦੇ ਕਿਉਂਕਿ ਇੰਟਰਕ੍ਰੋਪਿੰਗ ਕਰ ਲੈਂਦੇ ਮਟਰਾਂ ਦੇ ਨਾਲ, ਕਿਉਂਕਿ 2 ਜਗ੍ਹਾ ਜਿਹੜੀਆਂ ਉਹ 2 ਚੀਜ਼ਾਂ ਕਵਰ ਹੋ ਜਾਂਦੀਆਂ, ਠੀਕ ਹੈ। ਫਿਰ ਇਹਨੂੰ ਅਸੀਂ ਖਾਸ ਕਰਕੇ ਉਸ ਜਗ੍ਹਾ ਤੇ ਬਿਜਾਈ ਇਹਦੀ ਕਰਦੇ ਹਾਂ ਜਿੱਥੇ ਸਾਨੂੰ ਪਤਾ ਕਿ ਸਾਡਾ ਕਣਕ ਦਾ ਸਮਾਂ ਉਹ ਨਿਕਲ ਜਾਣਾ, ਠੀਕ ਹੈ ਜੀ। ਕਣਕ ਬੀਜਣ ਦਾ ਸਾਡੇ ਕੋਲ ਟਾਈਮ ਨਹੀਂ ਰਹਿਣਾ ਤਾਂ ਅਸੀਂ ਕਰਨੌਲੀ ਦਾ ਇਹਦਾ ਛੱਟਾ ਦੇ ਦਿੰਦੇ ਹਾਂ, ਠੀਕ ਹੈ ਜੀ। ਤੇ ਛੱਟਾ ਜਦੋਂ ਦੇ ਦਾਂਗੇ ਇਹਦਾ ਤੇ ਫਿਰ ਆਟੋਮੈਟਿਕਲੀ ਜਦੋਂ ਮੰਨ ਲਓ ਵੀ ਜੇ ਤਾਂ ਸਾਡੇ ਕੋਲ ਕਣਕ ਦਾ ਸਮਾਂ ਹੋਇਆ ਤਾਂ ਅਸੀਂ ਇਸਨੂੰ ਵਾਹ ਕੇ ਕਣਕ ਬੀਜ ਦਿਆਂਗੇ ਕਿਉਂਕਿ 500 ਰੁਪਏ ਦਾ ਸਾਡਾ ਬੀਜ ਆ, ਸਾਡਾ ਕੋਈ ਜ਼ਿਆਦਾ ਇਸ਼ੂ ਹੈ ਨਹੀਂ। ਜੇ ਕਣਕ ਦਾ ਸਮਾਂ ਨਾ ਹੋਇਆ ਤਾਂ ਫਿਰ ਅਸੀਂ ਇਸਨੂੰ ਗਰੋ ਕਰ ਲੈਂਦੇ ਰੱਖ ਲੈਂਦੇ ਹਾਂ, ਵਧੀਆ ਪੈਸੇ ਵੀ ਦੇ ਦਿੰਦੀ ਹੈ ਜੀ, ਠੀਕ ਹੈ ਜੀ। ਹਾਂਜੀ ਹਾਂਜੀ, ਕਿਸਾਨ ਭਰਾਓ ਵੀਰ ਨੇ ਫਸਲ ਦਾ ਨਾਮ ਦੱਸ ਦਿੱਤਾ ਹੈ, ਕਰਨੌਲੀ ਇਸ ਫਸਲ ਦਾ ਨਾਮ ਹੈ। ਬ੍ਰਦਰ, ਕਈ ਵੀਰ ਸ਼ਬਦ ਤੋਂ ਨਹੀਂ ਜਿਹੜੇ ਹੈ ਪ੍ਰਭਾਵਿਤ ਹੋਏ ਹੋਣੇ ਵੀ ਕਰਨੌਲੀ ਕਿਸ ਤਰ੍ਹਾਂ ਦੀ ਹੁੰਦੀ, ਦੇਖਣ 'ਚ ਕਿਸ ਤਰ੍ਹਾਂ ਦੀ ਹੁੰਦੀ, ਇਹਨੂੰ ਕੀ ਆਮ ਭਾਸ਼ਾ 'ਚ ਕੀ ਕਹਿੰਦੇ, ਦੇਸੀ ਭਾਸ਼ਾ 'ਚ? ਬਾਜੀ ਇਹਨੂੰ ਬੂਟੀ ਵੀ ਕਹਿ ਦਿੰਦੇ ਸਾਡੇ ਦੇਸੀ ਭਾਸ਼ਾ 'ਚ, ਇੱਧਰ ਅੰਮ੍ਰਿਤਸਰ ਏਰੀਏ 'ਚ। ਹਾਂਜੀ, ਪਰ ਇਹਨੂੰ ਦੇਸੀ ਅਜਵਾਇਣ ਵੀ ਕਹਿ ਦਿੰਦੇ। ਅਜਵਾਇਣ ਸਾਰਿਆਂ ਨੇ ਸੁਣੀ ਹੋਈ ਹੈ? ਹਾਂ, ਦੇਸੀ ਅਜਵਾਇਣ ਹੈ ਜੀ, ਇਹ ਅਜਵਾਇਣ ਦਾ ਸੇਮ ਸਾਈਜ਼, ਮਤਲਬ ਪੂਰਾ ਦਾਣਾ ਉਸੇ ਤਰੀਕੇ ਦਾ ਹੋਊਗਾ। ਹਾਂਜੀ, ਪਰ ਟੇਸਟ ਥੋੜ੍ਹਾ ਜਿਹਾ ਅਲੱਗ ਹੈ, ਤਾਂ ਅਜਵਾਇਣ ਦੇ ਦਾਣੇ ਤੋਂ ਅੱਧਾ ਸਾਈਜ਼ ਹੈ ਜੀ ਇਹਦਾ, ਠੀਕ ਹੈ, ਛੋਟਾ ਸਾਈਜ਼। ਹਾਂ, ਅਜਵਾਇਣ ਦੇ ਦਾਣੇ ਤੋਂ 50% ਸਾਈਜ਼ ਹੈ ਜੀ ਇਹਦਾ, ਠੀਕ ਹੈ। ਇਹਦੇ ਇਸ ਫਸਲ ਦੇ ਵਿੱਚੋਂ ਤੇਲ ਨਿਕਲਦਾ ਹੈ ਕਿ ਇਹਦੇ ਚੋਂ ਪਾਊਡਰ ਬਣਦਾ, ਕੀ ਯੂਜ਼ ਹੁੰਦਾ? ਪਾਊਡਰ ਬਣਦਾ ਜੀ, ਠੀਕ ਹੈ ਜੀ, ਪਾਊਡਰ ਬਣਦਾ। ਇਹ ਮੈਡੀਸਨ ਪਲਾਂਟ ਹੈ? ਮੈਡੀਸਨ ਪਲਾਂਟ ਹੈ, ਮੈਡੀਸਨ ਪਲਾਂਟ ਦੇ ਤੌਰ ਤੇ ਇਹਨੂੰ ਜਿਵੇਂ ਆਮ ਮੰਡੀਆਂ ਦੇ ਵਿੱਚ ਆਪਣੇ ਵੱਡੇ ਜਿਹੜੇ ਲੈਵਲ ਤੇ ਫਸਲਾਂ ਲੱਗਦੀਆਂ ਉਹ MSP ਤੇ ਜਿਹੜੀਆਂ ਖਰੀਦ ਹੋ ਜਾਂਦੀ ਹੈ, FCI, ਇਹਨੂੰ ਖਰੀਦ ਕੌਣ ਕਰਦਾ? ਇਹਦਾ ਇਹਨੂੰ ਪ੍ਰਾਈਵੇਟ ਪਲੇਅਰ ਹੀ ਹੈ ਜੀ ਜਿਹੜੇ ਖਰੀਦ ਕਰਦੇ ਆ, ਠੀਕ ਹੈ। ਮਤਲਬ ਇਹ ਤੁਹਾਡੀ ਅੰਮ੍ਰਿਤਸਰ ਮੰਡੀ ਦੇ ਵਿੱਚ ਇਹਨੂੰ ਖਰੀਦਣ ਦੇ ਜਾਂ ਵੇਚਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ? ਕੋਈ ਨਹੀਂ, ਅੰਮ੍ਰਿਤਸਰ ਇਹ ਮੰਡੀ 'ਚ ਵਿਕਦੀ ਨਹੀਂ ਹੈ ਜੀ, ਇਹ ਤੁਹਾਡੇ ਖੇਤਾਂ 'ਚੋਂ ਹੀ ਵਿਕਜੂਗੀ। ਖੇਤ ਦੇ ਵਿੱਚ ਵਪਾਰੀ ਲੈ ਜਾਂ ਤੁਹਾਡੇ ਸਾਡੇ ਲੋਕਲ ਅੱਡਿਆਂ 'ਚੋਂ 5-5, 10-10 ਕਿਲੋਮੀਟਰ ਤੇ ਲਿਖ ਕੇ ਲਾਇਆ ਵੀ ਇੱਥੇ ਜਿਹੜੀ ਇਹ ਕਰਨੌਲੀ ਬੂਟੀ ਖਰੀਦੀ ਜਾਂਦੀ ਹੈ, ਠੀਕ ਹੈ ਜੀ, ਉਹ ਜਾਓ ਉੱਥੋਂ ਆਪਾਂ ਖਰੀਦ ਸਕਦੇ ਹਾਂ। ਇਹਦਾ ਐਵਰੇਜ ਪ੍ਰਾਈਜ਼ ਆ ਜਿਹੜਾ ਪਿਛਲੇ ਸਾਲ 3500 ਤੋਂ ਸ਼ੁਰੂ ਹੋਇਆ ਸੀ ਜੀ, ਤੇ 52-53 ਸੌ ਤੱਕ ਪ੍ਰਤੀ ਮਣ 40 ਕਿਲੋ ਤੱਕ ਕੋਈ ਇਹਦਾ ਭਾਅ ਚੱਲਿਆ, ਮਤਲਬ ਕਿ 80 ਤੋਂ 100-125 ਰੁਪਏ ਕਿਲੋ। ਹਾਂਜੀ 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 ਤੱਕ ਜਾਂਦੀ ਹੈ। ਪ੍ਰੋਡਕਸ਼ਨ ਕਿੰਨੀ ਕੁ ਆ ਜਾਂਦੀ ਹੈ ਜੀ? ਪ੍ਰੋਡਕਸ਼ਨ ਬਾਈ ਜੀ ਜ਼ਿਆਦਾ ਚੰਗੀ ਹੋਵੇ ਤਾਂ 12-13 ਮਣ ਤੱਕ ਪਹੁੰਚ ਜਾਂਦੀ ਹੈ, 5 ਕੁਇੰਟਲ। 5 ਕੁਇੰਟਲ ਦੇ ਤੁਸੀਂ ਹਿਸਾਬ ਨਾਲ ਲਾ ਲਓ, ਤੇ ਜੇ ਥੋੜੀ ਜੀ ਡਾਊਨ ਆਵੇ ਤਾਂ 8 ਕੁ ਮਣ ਦੇ ਲੱਗ ਸਕੇ ਚੱਲ ਜਾਵੇ, ਠੀਕ ਹੈ ਜੀ। ਕਿਸਾਨ ਭਰਾਵੋ ਜਿਹੜੀ ਇਹ ਫਸਲ ਹੈ
एक फसल देने तो बाद उस खेत दे विच ही जिहड़ी बराबर बिजाई की हुई फसल आपां एक फसल के टाइम जिन्हें च दो फसल लै सकते हैं तो जिहड़ी पहला वाली फसल अपने खर्चे कढ के गई है तो आ जिहड़ी फसल आ बिना किसी ज़्यादा वाधू खर्च तो बिना किते टाइम गवाए तो आपां 40 तो 50 हज़ार रुपए की फसल कर सकते हैं। जिहड़े वीरां नूं कोई ज़्यादा जानकारी चाहिए है बाई जी नाल तुसीं कंटैक्ट कर सकते हो, इन्हां दा अपना यूट्यूब चैनल भी है मॉडर्न एग्रीकल्चर तुसीं फॉलो कर सकते हो जिथे थोनों खेतीबाड़ी के नाल सब्जियां दी लेटेस्ट जानकारियां पनीरियां दी जानकारियां पॉलीहाउस दी जानकारियां तुहानू मिलदियां रहिंदियां। ते ब्रदर ये फसल आ जिहड़ी हुण कट्टी किवें जावेगी क्योंकि ये फुल जे लग रहे हैं, ये तड़ाई होगी कि इहनू कंबाइन कट्टू? नहीं भाई जी, इहनू जदों ये पूरी तरह तैयार होगी इहनू दातरी दे नाल आपां हत्थ नाल कट के थले रख लेना सरों वांगू वढ़ना, सरों वांगू कटना है जी। 3 तो 4 दिन बाद जदों कंबाइन दे इहनू हत्थ नाल चुके कंबाइन दे विच पाई जाणा। ठीक है जी। हाँ, उहदे विच कंबाइन च जदों सुट्टी जाणा तां ये जिहड़ी साडी निकल